ਲਾਂਡ ਮੁਲਕਾਂ 'ਚ ਪਸੰਦ ਬੜਾ ਮਸ਼ਹੂਰ ਹੋਇਆ, ਬਹੁਤ ਅੱਛਾ ਗਾਣਾ ਹੈ ਉਹਨੂੰ, ਵਪਾਰੀ ਆ ਗਏ ਫਿਰ ਸਾਨੂੰ ਗਾਣੇ ਚਾਹੀਦੇ ਨੇ। ਹਾਂਜੀ ਬਾਬਾ ਜੀ ਰੋਪੇ ਪਾਪਾ ਸੁੱਟੀ ਜੇ ਇੱਕ ਦੋ ਤਿੰਨ ਜਿਸੇ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਬਾਬਾ ਜੀ, ਕੀ ਹਾਲ ਜੀ? ਖੈਰ ਅੱਲਾਹ ਕਰਮ। ਅੱਛਾ ਬਾਬਾ ਜੀ, ਅੱਜ ਦੀ ਵੀਡੀਓ 'ਚ ਨਾ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਚੜ੍ਹਦੇ ਪੰਜਾਬ 'ਚ ਰਹਿਣ ਵਾਲਾ ਸਿੱਖ ਸਰਦਾਰ ਜਿਹੜਾ ਕੰਵਰ ਸਿੰਘ ਗਿਰੇਵਾਲ, ਉਹਨੇ ਜਿਹੜਾ ਸਾਡੇ ਅੱਲਾਹ ਔਰ ਅੱਲਾਹ ਦੇ ਰਸੂਲ ਦਾ ਕਲਾਮ ਪੜ੍ਹਿਆ, ਮੈਂ ਘਰ ਕੇ ਮਦੀਨੇ ਵੱਲ ਮੂੰਹ, ਠੀਕ ਹੈ, ਇਹ ਕਲਾਮ ਪੜ੍ਹਿਆ ਜਿਹੜਾ, ਉਹ ਬੜਾ ਹੀ ਅੱਛਾ ਕਲਾਮ ਸਾਨੂੰ ਲੋਕਾਂ ਨੂੰ ਮਤਲਬ ਪਸੰਦ ਆਇਆ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਅਸਲਾਮ ਵਾਲੇਕਮ ਜੀ। ਅਸੀਂ ਵੀ ਹੋ ਜਾਂਦੇ, ਬਹੁਤ ਅੱਛਾ ਕਲਾਮ ਪੜ੍ਹਿਆ ਉਹਨੇ, ਬੜੇ ਮੁਲਕਾਂ ਪਸੰਦ ਕੀਤਾ ਮੁਸਲਮਾਨਾਂ ਨੇ। ਜੀ ਜੀ, ਇਹ ਨਹੀਂ ਸਾਡੇ ਪਾਕਿਸਤਾਨ ਕੀਤਾ, ਲਾਂਡ ਮੁਲਕਾਂ 'ਚ ਪਸੰਦ ਬੜਾ ਮਸ਼ਹੂਰ ਹੋਇਆ, ਬਹੁਤ ਅੱਛਾ ਜਾਣਿਆ ਉਹਨੂੰ। ਇਸੇ ਖੁਸ਼ੀ ਦੇ ਵਿੱਚ ਅਸੀਂ ਬਾਬੇ ਗੁਰੂ ਨਾਨਕ ਜੀ ਦਾਸ ਸਨ ਲੱਗਿਆ ਸੁਣਾਉਣ, ਉਹ ਦੋ ਭਰਾ ਸਨ, ਵਾਢੀ ਕਰਕੇ ਦਾਣੇ ਉਹਨਾਂ ਬਹੁਤ ਲਾਏ ਸਨ। ਹਾਂਜੀ, ਨਿਕਾਹ ਆਖਣ ਲੱਗਾ ਵੀ ਮੈਂ ਚੱਲਿਆ ਘਰ, ਉਹ ਘਰ ਗਿਆ ਤੇ ਵੱਡਾ ਜਿਹੜਾ ਸੀ ਉਹ ਦਾਣੇ ਆਪਣੇ ਬੋਲ ਤੇ ਚੁੱਕ ਚੁੱਕ, ਛੋਟੇ ਤੇ ਬੋਲ ਤੇ ਸੁੱਟੀ ਜਾ, ਮੁੜ ਕੇ ਵੱਡਾ ਗਿਆ ਘਰ ਤੇ ਛੋਟਾ ਜਿਹਾ ਵੱਡੇ ਦੇ ਬੋਲ ਤੇ ਸੁੱਟੀ ਜਾ, ਵੀ ਇਹਦੇ ਬਾਲ ਬੱਚਾ ਬਾਹਰ ਬਠੇਰਾ ਉਹਦੇ ਬੋਲ ਤੇ ਸੁੱਟੀ ਜਾਏ। ਅੱਲਾ ਨੇ ਖੈਰ ਕਰ ਬੇਹੋ ਜਿਹਾ ਕੀਤਾ, ਬਾਬਾ ਗੁਰੂ ਨਾਨਕ ਆ ਗਏ, ਹੁਣ ਜਿਸ ਵੇਖਿਆ ਤੇ ਆਖ ਲਗੇ ਇੱਥੇ ਰਾਤੀ ਮਾਨ ਦੀ ਹੈ, ਉਹਨੇ ਉਸੇ ਡੇਰਾ ਲਾ ਲਿਆ, ਠੀਕ ਹੈ, ਕਰਤਾਰਪੁਰੇ। ਜੀ ਜੀ, ਹੈਂ ਠੀਕ ਹੈ, ਕਰਤਾਰਪੁਰੇ ਡੇਰਾ ਲਾ ਲਿਆ ਤੇ ਜ਼ਮੀਨ ਬੜੀ ਸੀ, ਦਾਣਾ ਪੱਕਾ ਬਹੁਤ ਸੀ, ਵਪਾਰੀ ਆ ਗਏ ਫਿਰ ਸਾਨੂੰ ਦਾਣੇ ਚਾਹੀਦੇ ਨੇ, ਠੀਕ ਹੈ। ਹਾਂਜੀ, ਬਾਬਾ ਜੀ ਰੋਪੇ ਪਾਪਾ ਸੁੱਟੀ ਜੇ ਇੱਕ ਦੋ ਤਿੰਨ ਜਿਸੇ, 12 ਤੋਂ 13 ਤੇ ਗਿਆ ਜਿਸੇ ਤੇ ਆਖੇ ਮੈਂ 13 ਹੀ ਹਾਂ, ਮੈਂ 13 ਹੀ ਹਾਂ, ਮੈਂ 13 ਹੀ ਹਾਂ। ਲੋਕ ਆਖਣ ਲੱਗੇ ਇਹ ਦਾਣੇ ਭਰ ਭਰ ਸੁੱਟੀ ਜਾਣ ਦੇ ਆਵੇ, ਹੈ ਅੰਦਰਾਂ ਵੇਖੇ ਦਾਣੇ ਉਸਨੇ ਲੱਗੇ, ਕੋਈ ਨਹੀਂ ਘੜੇ ਦਾਣੇ ਉਸੇ ਤਰ੍ਹਾਂ ਲੱਗੇ। ਜਿਸ ਵੇਲੇ ਬਾਬੇ ਗੁਰੂ ਨਾਨਕ ਨੇ ਪਤਲਾ ਕੀਤਾ ਨਾ, ਹਾਂਜੀ, ਉਹ ਮੁਸਲਮਾਨ ਆਖਣ ਬਜਨਾਜਾ ਅਸਾਂ ਖੜਨਾ, ਸਿੱਖ ਆਖਣ ਹਿੰਦੂ ਆਖਣ ਉਹਦਾ ਖੜਨਾ, ਉਹ ਜਿਸ ਵੇਲੇ ਚਾਦਰ ਚੁੱਕੀ ਤੇ ਥੱਲੇ ਕੋਈ ਨਹੀਂ, ਥੱਲੇ ਫੁੱਲ ਫੁੱਲ ਵਿਛੇ, ਜਿਹੜੇ ਫੁੱਲ ਹੀ ਫੁੱਲ ਰਹਿ ਗਏ, ਇਹ ਨਹੀਂ ਪਤਾ ਵੀ ਬਾਬਾ ਗੁਰੂ ਨਾਨਕ ਕਿੱਥੇ ਤੇ ਕਿੱਥੇ ਨਹੀਂ। ਇਹੋ ਹਿਸਾਬ ਸਾਡੇ ਮੁਸਲਮਾਨਾਂ, ਜੇ ਕਬਰ ਦੇ ਖਲੋ ਕੇ ਦੁਆ ਖੜ ਕਰੀਏ ਨਾ, ਰੂਹ ਕਿਤੇ ਫਿਰ ਇੰਨੇ ਚਿਰ ਦੇ ਕਬਰ ਦੇ ਵਿੱਚ ਆ ਜਾਂਦੀ ਹੈ, ਇਹੋ ਹਿਸਾਬ ਉਹਨਾਂ ਦਾ ਹੋਇਆ ਬਾਬਾ ਗੁਰੂ ਨਾਨਕ ਦਾ। ਬਿਲਕੁਲ, ਹਰ ਕੰਮ 'ਚ ਸ਼ਗਿਰਦੀ ਕਰਨੀ ਪੈਂਦੀ ਹੈ, ਇਸ਼ਕ ਕਿਹੋ ਜਿਹਾ ਕੰਮ ਹੈ, ਸ਼ਗਿਰਦੀ ਨਹੀਂ ਕਰਨੀ ਪੈਂਦੀ, ਇਸ਼ਕ ਆਪੇ ਚਾਚਿਆਂ ਦੱਸ ਜਾਂਦਾ ਐਂ ਜਾਓ ਤੇ ਮੈਂ ਲਿਖਿਆ ਵੇ ਇਸ਼ਕ ਆਂਦਾ ਸੱਸੀ ਜੰਮ ਦੀ ਪਾ ਸੰਦੂਕ ਰੋੜਾਂ ਦੇਵਾਂ ਧੋਬੀਆਂ ਘਰ ਪਹੁੰਚਾ ਆਪੇ, 14 ਸਾਲ 'ਚ ਜਦੋਂ ਹੋ ਜਾ ਸੱਸੀ ਦੇਵਾਂ ਇਸ਼ਕ ਵਾਲਾ ਰੋ ਲਾ ਆਪੇ, ਉਹ ਜਿਹਨੂੰ ਲੱਭਦੀ ਫਿਰੇ ਬੈਠਾ ਲਾ ਉਸ ਖਾਣ ਨੂੰ ਲਿਆ ਮਿਲਾ ਆਪੇ, ਐਸੀ ਇਸ਼ਕ ਮਾਰੀ ਦੀ ਚਾੜ ਦੇਵਾਂ ਸਾਂਝਾ ਮਿੱਠੀ ਨਿੰਦਰੇ ਲਿਆ ਸਲਾਹ ਆਪੇ, ਸਾਰੇ ਕੰਮ ਮੈਂ ਆਪ ਹੀ ਕਰੀ ਜਾਂਦਾ। ਫਿਰ ਇਸ਼ਕ ਆਂਦਾ ਬਾਬਾ ਇਸ਼ਕ ਆਓ ਕਾਰੋਬਾਰ ਤੇਰੇ, ਤੇਰੀਆਂ ਬੱਧੀਆਂ ਕਿਸੇ ਛਡਾਈਆਂ ਨਹੀਂ, ਉਹ ਤੇਰੀਆਂ ਘੱਲੀਆਂ ਗਈਆਂ ਜੋ ਸਹੁਰਿਆਂ ਨੂੰ ਪਰਤ ਪੇਕਿਆਂ ਨੂੰ ਫੇਰ ਆਈਆਂ ਨਹੀਂ, ਡਾਕੇ ਮਾਰਨਾ ਉੱਚੀਆਂ ਝੁਕਿਆਂ ਨੂੰ, ਪਰ ਐਵੇਂ ਕੁੜੀਆਂ ਨੂੰ ਸੱਲਾਂ ਲਾਈਆਂ ਨਹੀਂ, ਉਹ ਲੱਖਾਂ ਤਰਲੀਆਂ ਨੂੰ ਭਾਵੇਂ ਡੁੱਬਿਆ ਹੀ ਆ ਜਾਣ ਵਾਲੀਆਂ ਕਦੇ ਘਬਰਾਈਆਂ ਨਹੀਂ, ਅਜ਼ਮਤ ਅਸ਼ਰ ਨੂੰ ਉਹਨਾਂ ਨੂੰ ਪੁੱਛੋ ਸੀ ਉਹ ਜਿਹਨੇ ਲਾ ਕੇ ਤੋੜ ਜ਼ਮਾਈਆਂ ਨਹੀਂ, ਖਾਨ ਉਹਨਾਂ ਜਿਸ ਵੇਲੇ ਭਰਾ ਉਹਦੇ ਲੈ ਗਏ ਬੰਨ ਕੇ ਨਸ਼ਾ ਪਿਆ ਕੇ, ਸੱਸੀ ਜਾਗ ਆਈ ਤੇ ਹੱਥ ਮਾਰੇ ਮੰਜੀਆਂ ਤੇ ਲੱਭਾ ਕੱਖ ਨਹੀਂ, ਤੇ ਸੱਸੀ ਇੱਕ ਗਿਲਾ ਕਰਦੀ ਇਤਰਾਜ਼ ਕਰਦੀ ਖਾਨ ਪੁੰਨ ਨੂੰ, ਕਹਿੰਦੀ ਏ ਮੈਂ ਘੱਟ ਦਾ ਤੀਹ ਸੀ ਤੇਰਾ ਸ਼ਹਿਜ਼ਾਦਿਆ ਵੇ, ਜੇਕਰ ਮੁਝ ਦੇ ਕਰਮ ਕਮਾਲ ਛੱਡ ਦੋ, ਮੈਂ ਜਾਣ ਲੱਗਿਆ ਪੈਰ ਦੀ ਮਾਰ ਠੋਕਰ ਕੀ ਹੁੰਦਾ ਜੇ ਦਰਾ ਜਗਾ ਛੱਡਦਾ,
ਮੈਂ ਨਾਲ ਜਾਣ ਦਾ ਸ਼ੌਕ ਤੇ ਚਾਹਿਆ ਸੀ, ਆਪਣੀ ਜੂਹ ਤੇ ਮੀਂਹ ਖਾ ਛੱਡ ਦੋ, ਮੈਂ ਨਹੀਂ ਸਾ ਭਾਵਦੀ ਨਾਲ ਲੈ ਜਾਣ ਕੋਲੋਂ, ਮੈਂ ਟੁੱਕਰ ਕੁੰਜਿਆਂ ਦੇ ਨਾਲ ਪਾ ਛੱਡ ਦੋ, ਮੈਂ ਮਲਕਾ ਬਣਦੀ ਨਹੀਂ ਸਰੀਰ ਮੈਨੂੰ, ਮੈਂ ਝਾੜੂ ਕਛਾਂ ਦੇ ਨਾਲ ਲਾ ਛੱਡ ਦੋ, ਮੈਂ ਗਲੀ ਗਲੀ ਦਾ ਮੈਂ ਤਵਾਫ ਕਰਦੀ, ਮੈਂ ਮੇਰਾ ਕਬਰੀ ਅੱਜ ਕਰਾ ਛੱਡ ਦੋ, ਉਹ ਜਾਂਦੀ ਮਰ ਜਾ ਜੁੱਤੀਆਂ ਵਿੱਚ ਅਜਮਤ ਗਲੀ ਆਪਣੀ ਵਿੱਚ ਦਫਨਾ ਛੱਡ। ਲਓ ਜੀ ਦੋਸਤੋ, ਕੰਵਰ ਸਿੰਘ ਗਿਰੇਵਾਲ ਦੀ ਦਾਸਤਾਨ ਜਿਹੜੀ ਹੈ ਉਹ ਤੁਸੀਂ ਬਜ਼ੁਰਗਾਂ ਕੋਲੋਂ ਸੁਣੀ। ਇਹਨਾਂ ਨੇ ਆਖਿਆ ਕਿ ਉਹ ਇਕੱਲਾ ਪਾਕਿਸਤਾਨ ਦੇ ਦਿਲ ਦੇ ਵਿੱਚ ਨਹੀਂ, ਬਲਕਿ ਦੁਨੀਆ ਦੇ ਜਿੰਨੇ ਵੀ ਮੁਸਲਮਾਨ ਮੁਲਕ ਨੇ ਹਰ ਮੁਸਲਮਾਨ ਮੁਲਕ ਦੇ ਦਿਲ ਵਿੱਚ ਸਮਾਇਆ, ਜਿਹੜਾ ਕਿ ਉਹਨਾਂ ਨੇ ਅੱਲਾਹ ਔਰ ਅੱਲਾਹ ਦੇ ਰਸੂਲ ਦਾ ਕਲਾਮ ਪੜ੍ਹਿਆ। ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਵੀਡੀਓ ਅੱਛੀ ਲੱਗੇ ਚੈਨਲ ਨੂੰ ਸ਼ੇਅਰ ਲਾਈਕ ਔਰ ਸਬਸਕ੍ਰਾਈਬ ਕਰ ਦੇਣਾ। ਅੱਲਾਹ ਹਾਫਿਜ਼।